ਤੁਹਾਡਾ? ਸਰ ਮੇਰਾ ਨਾਮ ਸੋਨੂ। ਕੀ ਹੋਇਆ ਇੱਥੇ? ਸਰ ਇੱਥੇ ਸਾਡੇ ਨਾ ਮੰਨ ਲਓ ਜਿਸ ਤਰ੍ਹਾਂ ਗੁੱਜਰ ਇੱਕ ਗਣੀ ਆ, ਉਹ ਲਗਤਬਾਜ਼ੀ ਨਾਲ ਸਾਡੇ ਮੁੰਡੇ ਦਾ ਚੋਰੀ ਦੇ ਵਿੱਚ ਉਹਨੇ ਨਾਮ ਲਾਇਆ। ਬਿਲਕੁਲ ਨਾ, ਉਹ ਤਾਂ ਇਸ ਕੰਮ ਦੇ ਵਿੱਚ ਹੱਥ ਹੈ ਨਹੀਂ ਸੀ। ਸਾਡਾ ਪੁਲਿਸ ਨੇ ਇੱਥੇ ਜੋ ਮਾਲ ਡੰਗਰ ਸਭ ਕੁਛ ਲੈ ਗਈ ਆ, ਇਹ ਕੋਈ ਸਾਡੇ ਨਾਲ ਹੋਇਆ। ਔਰ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੇ ਨਾਲ ਨਜਾਇਜ਼ ਹੋਇਆ ਔਰ ਸਾਡਾ ਜੋ ਮਾਲ ਡੰਗਰ ਵਾਪਸ ਕੀਤਾ ਜਾਵੇ। ਜੋ ਵੀ ਕਰੇ ਕੋਰਟ ਫੈਸਲਾ ਕਰੇ, ਸਾਨੂੰ ਮਨਜ਼ੂਰ ਆ। ਕਿਹੜੀ ਪੁਲਿਸ? ਪੁਲਿਸ ਕਪੂਰਥਲਾ ਪੁਲਿਸ ਸਰ। ਕਿਉਂ ਲੈ ਜੀ? ਸਰ ਉਹ ਇਹ ਕਹਿੰਦੇ ਕਿ ਜੋ ਵੀ ਮਾਲ ਡੰਗਰ ਹੈਗਾ ਇੱਥੇ ਸਭ ਚੋਰੀ ਦਾ ਆ, ਉਹਨੇ ਇਸ ਲਈ ਖੜਿਆ ਇੱਥੋਂ। ਤੁਹਾਡਾ ਆਪਣਾ ਸੀ ਮਾਲ? ਸਰ ਸਾਡਾ ਬਿਲਕੁਲ ਆਪਣਾ ਮਾਲ ਸੀ, ਸਾਡੇ ਲਗਤਬਾਜ਼ੀ ਨਾਲ ਸਾਡਾ ਇਹ ਜੋ ਵੀ ਕਿਹਾ ਲਗਤਬਾਜ਼ੀ ਨਾਲ ਹੋਇਆ। ਕਿੰਨੀਆਂ ਮੱਝਾਂ ਸੀ? ਸਰ 151 ਮੱਝਾਂ ਤਕਰੀਬਨ ਹੈਗੀਆਂ ਸਾਡੀਆਂ, ਉਹਨਾਂ ਦੇ ਵਿੱਚੋਂ 10-15 ਹੀ ਜਵਾਕ ਬੱਚੇ ਤੁਹਾਡੇ ਸਾਹਮਣੇ ਹੈਗੇ। ਕੀ ਮੰਗ ਕਰਦੇ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਸਾਡਾ ਜੋ ਮਾਲ ਡੰਗਰ ਗਿਆ ਸਾਡੇ ਨਾਲ ਬਿਲਕੁਲ ਨਜਾਇਜ਼ ਹੋਏ ਵਾਪਸ ਮੁੜੇ, ਹੋਰ ਸਾਡੇ ਮੁੰਡੇ ਨੂੰ ਜਿਸ ਤਰ੍ਹਾਂ ਲਗਤਬਾਜ਼ੀ ਦੇ ਵਿੱਚ ਫੜਿਆ ਆ, ਉਹਨੂੰ ਪੁਲਿਸ ਤੋਂ ਆਪਾਂ ਇਹ ਕਹਿੰਦੇ ਉਹਨੂੰ ਛੱਡ ਦਿੱਤਾ ਜਾਵੇ। 14 ਸਾਲ ਦਾ ਮੁੰਡਾ ਜੀ? 14 ਸਾਲ ਦਾ ਇੱਕ ਸਾਡਾ ਮੁੰਡਾ ਆ। ਉਸ ਦਿਨ ਦਾ ਸਰ ਉਹ ਵੀ ਮਤਲਬ ਕਿ ਅਗਵਾ ਆ, ਸਾਨੂੰ ਕੋਈ ਪਤਾ ਨਹੀਂ ਉਹਦਾ ਕਿੱਥੇ ਹੈ ਕਿੱਥੇ ਨਹੀਂ, ਜਿੰਦਾ ਕਿ ਮਰਿਆ ਇਹ ਵੀ ਨਹੀਂ ਸਾਨੂੰ ਪਤਾ ਉਹਦਾ। ਹਾਂਜੀ ਸਰ, ਬਾਅਦ ਆਪਦਾ ਨਾਮ। ਪੁਲਿਸ ਨੂੰ ਪੁੱਛਿਆ ਕਿ ਮੱਝਾਂ ਕਿਉਂ ਲੈ ਗਈ ਤੁਸੀਂ? ਪੁਲਿਸ ਕਹਿੰਦੀ ਆ ਕਿ ਇਹ ਆਮ ਲੋਕਾਂ ਦੀ ਹੈ, ਮਤਲਬ ਕਿ ਜਿਹੜੇ ਲੋਕਾਂ ਨੂੰ ਦਿੱਤੇ ਇਹਨਾਂ ਦੀਆਂ ਮੱਝਾਂ ਆ। ਪੁਲਿਸ ਆਪਣੇ ਕੋਲੋਂ ਹੀ ਕਹਿ ਰਹੀ ਸਭ ਕੁਛ, ਅਗਰ ਕਰੇ ਤਾਂ ਕੋਰਟ ਕਰੇ। ਜੋ ਸਾਡਾ ਮੁਰਜਮ ਅਰੈਸਟ ਆ, ਅਸੀਂ ਕੋਰਟ ਦੇ ਰਾਹੀਂ ਇਹੋ ਬੇਨਤੀ ਕਰਦੇ ਹਾਂ ਕਿ ਜੋ ਕਰੇ ਕੋਰਟ ਕਰੇ, ਆਪਾਂ ਕੋਰਟ ਦੇ ਸਾਰੇ ਹੁਕਮ ਮੰਨਣ ਨੂੰ ਤਿਆਰ ਹਾਂ। ਪੁਲਿਸ ਨੇ ਸਾਡੇ ਨਾਲ ਬਿਲਕੁਲ ਨਜਾਇਜ਼ ਕੀਤੀ ਆ। ਮਾਮਲਾ ਸਾਨੂੰ ਨਾ ਕੱਲ੍ਹ ਕਿਸੇ ਨੇ ਦਿਖਾ ਦਿੱਤੀ ਸੀ, ਮੁਰਾਦ ਬਖਸ਼ ਨਾਂ ਦੇ ਗੁੱਜਰ ਨੇ ਵੀ ਮੇਰੀਆਂ ਕੋਈ ਮੱਝਾਂ ਚੁੱਕ ਕੇ ਲੈ ਗਿਆ। ਉਹ ਵੈਰੀਫਾਈ ਕਰਨ 'ਤੇ ਪਤਾ ਲੱਗਾ ਵੀ ਇੱਕ ਕੋਈ ਕਪੂਰਥਲੇ ਮੁਕੱਦਮਾ ਦਰਜ ਹੋਇਆ, ਉਹਦੇ ਸੰਬੰਧ 'ਚ ਜਿਹੜੀਆਂ ਉਹ ਮੱਝਾਂ ਆਪਣੀਆਂ ਪਛਾਣ 'ਚ ਲੈ ਗਈ। ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਮੱਝਾਂ ਕੋਈ ਉੱਥੇ ਬਚੀਆਂ, ਜਦੋਂ ਪੁਲਿਸ ਦੀ ਇਹਨਾਂ ਨੇ ਹਾਜ਼ਰੀ ਵੇਖੀ ਤਾਂ ਉਹ ਤੋਂ ਭੱਜ ਗਏ। ਜਿਹੜੇ ਕਪੂਰਥਲੇ ਵਾਲੇ ਇਹਨਾਂ ਨੇ ਸਾਨੂੰ ਇੰਟੀਮੇਟ ਨਹੀਂ ਕੀਤਾ ਅਤੇ ਬਾਰੋ ਬਾਰ ਮੱਝਾਂ ਲੈ ਗਈਆਂ, ਪਰ ਪਤਾ ਕਰਨ 'ਤੇ ਪਤਾ ਲੱਗਾ ਵੀ ਉਹਨਾਂ ਹੀ ਖੜੀਆਂ। ਅਤੇ ਬਾਅਦ 'ਚੋਂ ਜਿਹੜੇ ਇਹਨਾਂ ਦੇ ਡੰਗਰ ਉੱਥੇ ਬਚ ਗਏ, ਉੱਥੇ ਅਸੀਂ ਪਿੰਡ ਵਾਲਿਆਂ ਨੇ ਉੱਥੋਂ ਧਿੱਕ ਕੇ ਅਤੇ ਗੁਰਦੁਆਰਾ ਸਾਹਿਬ ਵੀ ਲਾ ਕੇ ਇਹਨਾਂ ਨੇ ਦਿਖਾ ਦਿੱਤੀ ਵੀ ਸਾਡੀਆਂ ਡੰਗਰ ਜਿਹੜੇ ਆ ਹੁਣ ਉਹ ਉੱਥੇ ਨੇ, ਕੁਝ ਡੰਗਰ ਸਾਡੇ ਉੱਥੇ ਨੇ। ਉੱਥੇ ਜਾ ਕੇ ਵੈਰੀਫਾਈ ਕੀਤਾ, ਉੱਥੋਂ ਆਪਾਂ ਲਿਖ ਕੇ ਲਿਆਂਦਾ ਕੋਈ ਕੁਛ ਗੁਰਦੁਆਰਾ ਸਾਹਿਬ ਦੀਆਂ ਮੱਝਾਂ ਸੀ ਅਤੇ ਕੁਛ ਇਹਨਾਂ ਇਹਨਾਂ ਵਾਲੀਆਂ ਵਿੱਚ ਮੱਝਾਂ ਸੀ। ਉਹ ਬਾਬਾ ਜੀ ਜਿਹੜੇ ਉਹ ਬਾਹਰ ਗਏ ਦੇ ਸੀ ਹੋਲੇ ਮਹੱਲੇ ਦੇ, ਉਹਨਾਂ ਦੇ ਆਉਣ 'ਤੇ ਪੂਰੀ ਵੈਰੀਫਾਈ ਕਰਕੇ ਜੋ ਵੀ ਤਫਤੀਸ਼ ਆ ਮਾਮਲੇ ਵਿੱਚ ਲਿਆਵਾਂਗੇ। ਬੱਚੇ ਦਾ ਕੋਈ ਕਹਿ ਰਹੇ ਜੀ ਬੱਚੇ ਬਾਰੇ ਇਹਨਾਂ ਨੇ ਸਾਨੂੰ ਕੋਈ ਦਰਖਾਸਤ ਨਹੀਂ ਦਿੱਤੀ ਵੀ ਸਾਡਾ ਕੋਈ ਬੱਚਾ ਘੁੰਮ ਜਾਂ ਨਹੀਂ ਘੁੰਮ, ਸਾਨੂੰ ਤਾਂ ਸਿਰਫ ਇਹਨਾਂ ਨੇ ਮੱਝਾਂ ਬਾਰੇ ਦੱਸਿਆ, ਮੱਝਾਂ ਦੀ ਤਫਤੀਸ਼ ਹੋ ਰਹੀ ਆ ਔਰ ਬੱਚੇ ਦੇ ਸਾਹਮਣੇ ਕੋਈ ਗੱਲ ਨਹੀਂ ਹੈ। ਉਹਨਾਂ ਨੇ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਕੀਤਾ, ਇਹਨਾਂ ਨੇ ਦੱਸਿਆ ਉੱਥੇ ਜਾ ਕੇ ਮਿਲ ਕੇ ਵੀ ਆਏ ਨੇ ਕਿਉਂਕਿ ਇਹਨਾਂ ਦੇ ਕੁਝ ਬੰਦੇ ਉੱਥੇ ਫੜੇ ਗਏ ਨੇ ਚੋਰੀ ਕਰਦੇ। ਕੀ ਹੋਇਆ ਤੁਹਾਡੇ ਨਾਲ? ਸਾਡੇ ਨਾਲ ਸਰ ਕਪੂਰਥਲੇ ਦੀ ਪੁਲਿਸ, ਜ਼ਿਲ੍ਹਾ ਕਪੂਰਥਲੇ ਦੀ, ਸਾਡੇ ਬੰਦੇ ਦੇ ਝੂਠਾ ਪਰਚਾ ਪਾ ਕੇ ਸਾਡੇ ਡੰਗਰ ਅਗਵਾਹ, ਬੱਚੇ ਅਗਵਾਹ ਕਰਕੇ ਲੈ ਗਈ ਹੈ ਅਤੇ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ, ਅਸੀਂ ਪੱਤਰਕਾਰਾਂ ਕੋਲ ਪੁੱਜੇ। ਕੀ ਰੰਜਿਸ਼ ਸੀ? ਉਹ ਸਾਡਾ ਇੱਕ ਮੇਰਾ ਇੱਕ ਜਵਾਈ ਸੀ ਮੁੰਡਾ, ਉਹਨਾਂ ਨੂੰ ਉਹਨਾਂ ਨੇ ਕਤਲ ਕਰਤਾ ਸੀ ਪਿੱਛੇ ਕੋਈ 7-8 ਮਹੀਨੇ ਦੀ ਗੱਲ ਹੈ, ਅਤੇ ਕਹਿੰਦੇ ਵੀ ਇਹਨਾਂ ਦਾ ਰਾਜੂਨਾਮਾ ਦੇ ਦਿਓ, ਜੇ ਨਹੀਂ ਰਾਜੂਨਾਮਾ ਦਿਓ ਤੁਹਾਡੇ ਬੰਦੇ ਅਸੀਂ ਪਰਚੇ ਦੇ ਵਿੱਚ ਪਾ ਕੇ ਤੁਹਾਡੇ ਨਾਲ ਧੱਕੇ ਨਾਲ ਰਾਜੂਨਾਮਾ ਲੈ ਲਾਂਗੇ। ਇਹ ਰੰਜਿਸ਼ ਪੁਲਿਸ ਆਈ ਹੈ, ਮੱਝਾਂ ਲੱਗੀ, ਕਿਹੜੀ ਗੱਲੋਂ ਲੱਗੀ ਹੈ? ਇਹ ਉਹ ਮੁੰਡਾ ਅਗਵਾਹ ਕਰਕੇ ਨਾ ਖੜਿਆ ਪੁਲਿਸ ਪਰਚੇ 'ਚ ਪਾ ਕੇ ਵੀ ਇਹਨਾਂ ਮੱਝਾਂ ਜਿਹੜੀਆਂ ਮੈਂ ਚੋਰੀ ਦੀਆਂ, ਇਸ ਕਰਕੇ ਲੈ ਗਈ ਹੈ। ਉਹਦੇ ਵਿੱਚ ਇੱਕ ਸਾਡਾ ਝੋਟਾ ਹੈ, ਅਸੀਂ ਮੁੱਲ ਲਿਆ ਵਾ, ਉਹਦਾ ਪਰੂਫ ਹੈ ਜਿਹੜਾ, ਉਹ ਜਿੱਥੋਂ ਲਿਆ ਉਹ ਮਾਲਕ ਨਾ ਲਾਉਣ ਨੂੰ ਤਿਆਰ ਹੈ, ਉਹਦੀ ਰਸੀਦ ਸਾਡੇ ਕੋਲ ਹੈ, ਫੋਟੋਆਂ ਸਾਡੇ ਕੋਲ ਹੈ, ਸਭ ਕੁਝ ਦੱਸਾਂਗੇ ਜੀ। ਮੱਝਾਂ 122 ਹੈ ਜਿਹੜੀ ਲੈ ਗਏ। ਕਿੰਨੇ ਕਿੰਨਾ ਲੱਖ ਦਾ ਨੁਕਸਾਨ ਹੋ ਗਿਆ? ਸਾਡਾ ਕੋਈ 1.5 ਕਰੋੜ ਦਾ ਨੁਕਸਾਨ ਹੈ ਜੀ। ਉੱਥੇ ਕੌਣ ਆਇਆ ਸੀ, ਕਿਹੜਾ ਅਫਸਰ ਆਇਆ ਸੀ ਮੌਕੇ ਤੇ? SHO ਹੀ ਜਨਾਬ, ਇਹਦਾ ਸੀ ਸਟਾਫ ਦਾ ਕਪੂਰਥਲੇ ਦਾ SHO ਮੌਕੇ ਤੇ, ਬਾਕੀ ਹੋਰ ਪੁਲਿਸ ਬੜੀ ਨਾਲ, ਲੇਡੀ ਪੁਲਿਸ ਵੀ ਬਹੁਤ ਬਹੁਤ ਵੱਡੀ ਪੁਲਿਸ, ਬਾਕੀ ਪਬਲਿਕ ਬਹੁਤ ਹੀ ਖੜੀ ਉਸ ਵੇਲੇ ਉੱਥੇ। ਮੱਝਾਂ ਉੱਥੋਂ ਲੱਦ ਕੇ? ਹਾਂ ਲੱਦ, 6 ਮਹਿੰਦਰਾ ਗੱਡੀਆਂ ਤੇ ਇੱਕ ਵੱਡਾ ਟਰਾਕੀ 7 ਦੇ ਲੱਦੀਆਂ ਨਾਲ, ਇੱਕ ਟਰਾਲੀ 8। ਕੀ ਮੰਗ ਕੀ ਕਰਦੇ ਹੋ ਸਰ? ਅਸੀਂ ਆਪਣਾ ਇਨਸਾਫ ਚਾਹੁੰਦੇ ਹਾਂ, ਸਾਡਾ ਬੱਚਾ ਵਾਪਸ ਹੋ ਜਾਵੇ, ਸਾਡੇ ਪਸ਼ੂ ਵਾਪਸ ਹੋ ਜਾਣ, ਜਿਹੜਾ ਬੰਦਾ ਸਾਡਾ ਫਸਿਆ ਹੈ, ਫਸਾਇਆ ਉਹਨਾਂ ਨੇ, ਨਿਰਦੋਸ਼ ਹੈ, ਉਹਨੂੰ ਹੱਕ ਮਿਲਣਾ ਚਾਹੀਦਾ। ਮੱਝਾਂ ਹੁਣ ਕਿੱਥੇ ਲੈ ਗਏ? ਹਾਂਜੀ ਕਿੱਧਰ ਲੈ ਗਏ? ਪਤਾ ਨਹੀਂ ਕਿੱਧਰ ਲੈ ਗਏ ਸਰ, ਸਾਨੂੰ ਤਾਂ ਪਤਾ ਹੀ ਕੋਈ ਨਹੀਂ। ਤੁਸੀਂ ਮੈਂ ਨਹੀਂ ਕਿਸੇ ਥਾਣੇ ਗਏ ਜੀ? ਉੱਥੇ ਜੀ ਗੇ ਥਾਣੇ ਜਾ ਕੇ ਰਿਪੋਰਟ ਕੀਤੀ ਆਪਾਂ ਜੰਡਿਆਲੇ ਥਾਣੇ 'ਚ, ਹੁਣ ਕਿਹਾ ਵੀ ਤੁਹਾਡੀ ਕਾਰਵਾਈ ਕਰਦੇ ਆ, ਕੀਤੀ ਨਹੀਂ ਹੁੰਦਾ। ਕੀ ਚਾਹੁੰਦੇ ਹੁੰਦੇ ਜੀ? ਹੁਣ ਅਸੀਂ ਇਨਸਾਫ ਚਾਹੁੰਦੇ ਹਾਂ ਜੀ। ਤੁਸੀਂ ਇਨਸਾਫ ਨਹੀਂ ਮਿਲਦਾ? ਤਾਂ ਨਹੀਂ ਮਿਲਦਾ ਜੀ, ਸਾਡੇ ਬੱਚੇ ਮਿਲ ਜਾਣ, ਜਿਹੜੇ ਗਏ ਆ ਪਸ਼ੂ ਮਿਲ ਜਾਣ, ਸਾਡੇ ਬੰਦੇ ਨੂੰ ਜਿਹੜੂ ਉਹਨਾਂ ਫਸਾਇਆ ਜਿਹੜੇ ਕੇਸ ਦੇ ਵਿੱਚ, ਉਹਦੇ ਕਪੂਰਥਲੇ ਗਏ ਤੁਸੀਂ ਵਾਪਸ? ਉਹਨਾਂ ਕੋ ਬੰਦਿਆਂ ਕੋ ਥਾਣੇ ਗਏ ਜੇ? ਕੀ ਕਹਿੰਦੇ ਉਹਨਾਂ? ਕਿਹਾ ਵੀ ਇਹ ਚੋਰੀ 'ਚ ਫਸਿਆ ਫੜਿਆ ਬੰਦਾ। ਠੀਕ ਹੈ ਜੀ।